ਭਾਅ ਜੀ ਆਪਾਂ ਉਹਨਾਂ ਨੇ ਪਹਿਲੇ ਪਰ ਬਟ ਉਹ ਚੈੱਕ ਕਰਾਈ ਹੈਗੀ ਹੈ ਅਤੇ ਲੈ ਕੇ ਆਏ ਦੋ ਤਿੰਨ ਵਾਰ ਅਤੇ ਉਹਨਾਂ ਨੇ ਦੱਸਿਆ ਹੈਗਾ ਕਿ 12 ਤਾਰੀਖ ਨੂੰ ਬੱਚਾ ਹੋ ਜਾਣਾ ਹੈ ਅਤੇ ਅੱਜ ਦਰਦ ਮੱਚਿਆ ਅਤੇ ਮੈਂ ਲੈ ਕੇ ਆਇਆ ਹੁਣੀ ਭਾਅ ਜੀ ਰਾਤ 'ਚ ਹੀ ਹੋ ਗਿਆ ਬੱਚਾ ਰਸਤੇ 'ਚ ਹੀ ਹੋ ਗਿਆ ਹਾਂਜੀ ਠੀਕ ਨੇ ਤਾਂ ਹਾਂਜੀ ਹਾਂਜੀ ਅਤੇ ਡਾਕਟਰਾਂ ਨੇ ਕੀ ਕਿਹਾ ਤੁਹਾਨੂੰ ਹਜੇ ਉਹਨਾਂ ਨੇ ਤਾਂ ਆਹੀ ਦੱਸਿਆ ਹੈਗਾ ਕਿ ਤੁਸੀਂ ਪਹਿਲੇ ਲੈ ਕੇ ਆ ਜਾਂਦੇ ਮੈਂ ਤੁਸੀਂ ਟਾਈਮ ਸਾਨੂੰ ਦੱਸਿਆ ਹੈਗਾ ਉਹੀ ਟਾਈਮ 'ਤੇ ਲੈ ਕੇ ਆਉਣੇ ਅੱਜ ਦਰਦ ਮੱਚਲਿਆ ਅਤੇ ਮੈਂ ਲੈ ਕੇ ਆ ਗਿਆ ਲੇਡੀ ਆਉਣ ਰਹੀ ਤੇ ਬੱਚਾ ਹੋ ਪਿਆ ਇੱਥੇ ਕਦੋਂ ਹੁਣ ਹਜੇ 5 ਮਿੰਟ ਹੋਏ ਕਿਹੜੀ ਜਗ੍ਹਾ ਤੇ ਆ ਤੁਸੀਂ ਬੈਠੇ ਜੇ ਮੈਂ ਅੰਬਰਸਰ ਸਿਵਲ ਹਸਪਤਾਲ ਤੇ ਡਾਕਟਰ ਹੈਗੇ ਸੀ ਇੱਥੇ ਨਹੀਂ ਨਹੀਂ ਆਪੇ ਹੋਇਆ ਬੱਚਾ ਆਪੇ ਹੋਇਆ ਤੇ ਉਹ ਡਾਕਟਰ ਪਹੁੰਚੇ ਇੱਥੇ ਕਿ ਨਹੀਂ ਪਹੁੰਚ ਕੇ ਲੈ ਗਏ ਚੁੱਕ ਤੇ ਬੱਚਾ ਤੇ ਮਾਂ ਦੀ ਕੰਡੀਸ਼ਨ ਕੀ ਆ ਠੀਕ ਜੀ ਵਧੀਆ ਕੌਣ ਸੀ ਔਰਤ ਕਿਵੇਂ ਹੋ ਗਿਆ ਇੱਥੇ ਬੱਚਾ ਕੋਈ ਡਾਕਟਰ ਦੀ ਅਣਗਹਿਲੀ ਹੋਈ ਕੀ ਹੋਇਆ ਨਹੀਂ ਨਹੀਂ ਆਉਣ ਹੀ ਡਿਆ ਡਾਕਟਰਾਂ ਦਾ ਜੇ ਨਹੀਂ ਪਤਾ ਲੱਗਾ ਡਾਕਟਰ ਨਾਲ ਸੀ ਉਹਦੇ ਕਿ ਇਕੱਲੇ ਨਹੀਂ ਨਹੀਂ ਉਹ ਇਕੱਲੇ ਆਪਦੇ ਘਰ ਦੇ ਜੀ ਉਹਦੇ ਘਰ ਦੇ ਸੀ ਨਾਲ ਹਾਂਜੀ ਤੇ ਕਿੰਨੀ ਕੁ ਦੇਰ ਹੋਈ ਜੇ ਉਹਨੂੰ 5 ਮਿੰਟ ਹੀ ਹੋਏ ਜੀ ਕੋਈ ਨਾਮ ਦਾ ਪਤਾ ਕਿੱਥੋਂ ਦੀ ਰਹਿਣ ਵਾਲੀ ਨਹੀਂ ਨਹੀਂ ਇੰਨਾ ਨਹੀਂ ਪਤਾ ਕੁਛ ਨਹੀਂ ਪਤਾ ਨਹੀਂ ਤੁਸੀਂ ਇੱਥੇ ਬੈਠੇ ਜੇ ਤੁਸੀਂ ਕੌਣ ਜੀ ਮੈਂ ਤਾਂ ਦਵਾਈ ਲੈਣ ਆਈ ਹਾਂ ਮੈਂ ਤਾਂ ਪਿੰਡ ਲੋਧੀ ਗੁੱਜਰ ਉੱਥੋਂ ਆਈ ਹਾਂ ਦਵਾਈ ਲੈਣ ਅਤੇ ਤੁਰੀ ਆਉਣ ਡਿਆ ਤਾਂ ਉਸੇ ਵੇਲੇ ਵੇਖਿਆ ਉਹਨਾਂ ਦੇ ਨਾਲ ਨਹੀਂ ਆਏ ਨਹੀਂ ਨਹੀਂ ਉਹਦੇ ਨਾਲ ਕੌਣ ਕੌਣ ਹੈਗਾ ਸੀ ਉਹਦੇ ਨਾਲ ਹੈਗਾ ਸੀ ਉਹਦੇ ਦੋ ਜਾਣੇ ਸੀ ਇੱਕ ਆਦਮੀ ਸੀ ਇੱਕ ਔਰਤ ਤੇ ਕਿੱਧਰ ਦੀ ਸਾਈਡ ਲੈ ਕੇ ਗਏ ਨੇ ਇੱਧਰ ਨੂੰ ਤਾਂ ਚੜ ਗਏ ਉੱਪਰ ਲੈ ਕੇ ਗਏ ਹਾਂਜੀ ਭਾਅ ਜੀ ਆਪਾਂ ਉਹਨਾਂ ਨੇ ਪਹਿਲੇ ਪਰ ਬਟੋਰੋਡ ਚੈੱਕ ਕਰਾਈ ਹੈਗੀ ਹੈ ਅਤੇ ਲੈ ਕੇ ਆਏ ਦੋ ਤਿੰਨ ਵਾਰ ਅਤੇ ਉਹਨਾਂ ਨੇ ਦੱਸਿਆ ਹੈਗਾ ਕਿ 12 ਤਾਰੀਖ ਨੂੰ ਬੱਚਾ ਹੋ ਜਾਣਾ ਹੈ ਅਤੇ ਅੱਜ ਦਰਦ ਮੱਚਿਆ ਅਤੇ ਮੈਂ ਲੈ ਕੇ ਆਇਆ ਹੁਣੀ ਭਾਅ ਜੀ ਰਾਤ 'ਚ ਹੀ ਹੋ ਗਿਆ ਬੱਚਾ ਰਸਤੇ 'ਚ ਹੀ ਹੋ ਗਿਆ ਹਾਂਜੀ ਠੀਕ ਨੇ ਤਾਂ ਹਾਂਜੀ ਹਾਂਜੀ ਅਤੇ ਡਾਕਟਰਾਂ ਨੇ ਕੀ ਕਿਹਾ ਤੁਹਾਨੂੰ ਹਜੇ ਉਹਨਾਂ ਨੇ ਤਾਂ ਆਹੀ ਦੱਸਿਆ ਹੈਗਾ ਕਿ ਤੁਸੀਂ ਪਹਿਲੇ ਲੈ ਕੇ ਆ ਜਾਂਦੇ ਮੈਂ ਤੁਸੀਂ ਟਾਈਮ ਸਾਨੂੰ ਦੱਸਿਆ ਹੈਗਾ ਉਹੀ ਟਾਈਮ 'ਤੇ ਲੈ ਕੇ ਆਉਣੇ ਅੱਜ ਦਰਦ ਮੱਚਲਿਆ ਅਤੇ ਮੈਂ ਲੈ ਕੇ ਆ ਗਿਆ ਲੇਡੀ ਆਉਣ ਰਹੀ ਤੇ ਬੱਚਾ ਹੋ ਪਿਆ ਇੱਥੇ ਕਦੋਂ ਹੁਣ ਹਜੇ 5 ਮਿੰਟ ਹੋਏ ਕਿਹੜੀ ਜਗ੍ਹਾ ਤੇ ਆ ਤੁਸੀਂ ਬੈਠੇ ਜੇ ਮੈਂ ਅੰਬਰਸਰ ਸਿਵਲ ਹਸਪਤਾਲ ਤੇ ਡਾਕਟਰ ਹੈਗੇ ਸੀ ਇੱਥੇ ਨਹੀਂ ਨਹੀਂ ਆਪੇ ਹੋਇਆ ਬੱਚਾ ਆਪੇ ਹੋਇਆ ਤੇ ਉਹ ਡਾਕਟਰ ਪਹੁੰਚੇ ਇੱਥੇ ਕਿ ਨਹੀਂ ਪਹੁੰਚ ਕੇ ਲੈ ਗਏ ਚੁੱਕ ਤੇ ਬੱਚਾ ਤੇ ਮਾਂ ਦੀ ਕੰਡੀਸ਼ਨ ਕੀ ਆ ਠੀਕ ਜੀ ਵਧੀਆ ਕੌਣ ਸੀ ਔਰਤ ਕਿਵੇਂ ਹੋ ਗਿਆ ਇੱਥੇ ਬੱਚਾ ਕੋਈ ਡਾਕਟਰ ਦੀ ਅਣਗਹਿਲੀ ਹੋਈ ਕੀ ਹੋਇਆ ਨਹੀਂ ਨਹੀਂ ਆਉਣ ਹੀ ਡਿਆ ਡਾਕਟਰਾਂ ਦਾ ਜੇ ਨਹੀਂ ਪਤਾ ਲੱਗਾ ਡਾਕਟਰ ਨਾਲ ਸੀ ਉਹਦੇ ਕਿ ਇਕੱਲੇ ਨਹੀਂ ਨਹੀਂ ਉਹ ਇਕੱਲੇ ਆਪਦੇ ਘਰ ਦੇ ਜੀ ਉਹਦੇ ਘਰ ਦੇ ਸੀ ਨਾਲ ਹਾਂਜੀ ਤੇ ਕਿੰਨੀ ਕੁ ਦੇਰ ਹੋਈ ਜੇ ਉਹਨੂੰ 5 ਮਿੰਟ ਹੀ ਹੋਏ ਜੀ ਕੋਈ ਨਾਮ ਦਾ ਪਤਾ ਕਿੱਥੋਂ ਦੀ ਰਹਿਣ ਵਾਲੀ ਨਹੀਂ ਨਹੀਂ ਇੰਨਾ ਨਹੀਂ ਪਤਾ ਕੁਛ ਨਹੀਂ ਪਤਾ ਨਹੀਂ ਤੁਸੀਂ ਇੱਥੇ ਬੈਠੇ ਜੇ ਤੁਸੀਂ ਕੌਣ ਜੀ ਮੈਂ ਤਾਂ ਦਵਾਈ ਲੈਣ ਆਈ ਹਾਂ ਮੈਂ ਤਾਂ ਪਿੰਡ ਲੋਧੀ ਗੁੱਜਰ ਉੱਥੋਂ ਆਈ ਹਾਂ ਦਵਾਈ ਲੈਣ ਅਤੇ ਤੁਰੀ ਆਉਣ ਡਿਆ ਤਾਂ ਉਸੇ ਵੇਲੇ ਵੇਖਿਆ ਉਹਨਾਂ ਦੇ ਨਾਲ ਨਹੀਂ ਆਏ ਨਹੀਂ ਨਹੀਂ ਉਹਦੇ ਨਾਲ ਕੌਣ ਕੌਣ ਹੈਗਾ ਸੀ ਉਹਦੇ ਨਾਲ ਹੈਗਾ ਸੀ ਉਹਦੇ ਦੋ ਜਾਣੇ ਸੀ ਇੱਕ ਆਦਮੀ ਸੀ ਇੱਕ ਔਰਤ ਤੇ ਕਿੱਧਰ ਦੀ ਸਾਈਡ ਲੈ ਕੇ ਗਏ ਨੇ ਇੱਧਰ ਨੂੰ ਤਾਂ ਚੜ ਗਏ ਉੱਪਰ ਲੈ ਕੇ ਗਏ ਹਾਂਜੀ ਠੀਕ ਹੈ ਅੱਛਾ